ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵੀਦ ਜੋਬ ਅਲਰਟ ਤੇ ਤਾਂ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ 28 ਮਈ ਦੇ ਧਰ ਨੂੰ ਲੈ ਕੇ ਜੋ ਜੁਨੀਅਨ ਵੱਲੋਂ ਅਪਡੇਟ ਦਿੱਤੀ ਗਈ ਹੈ ਖਾਸ ਕਰ ਮੁੱਦੇ 55% ਪਾਲਸੀ ਅਤੇ ਹੋਰ ਮੰਗਾ ਸੀਗੀਆਂ ਜਿਵੇਂ ਕਿ ਐਸਐਸਟੀ ਕੰਬੀਨੇਸ਼ਨ ਨੂੰ ਲੈ ਕੇ ਤਾਂ ਸੰਗਰੂਪ ਦੇ ਵਿੱਚ ਸੀਐਮ ਦੀ ਕੋਟੀ ਦਾ ਘਰਾਓ ਜਿਹੜਾ ਕਰਨਾ ਸੀਗਾ ਤਾਂ ਇਹ ਨਾਲ ਸੰਬੰਧਿਤ ਨਵੀਂ ਅਪਡੇਟ ਆਈ ਹੈ ਪੂਰੀ ਜਾਣਕਾਰੀ ਇਹਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਥੇ ਜੂਨੀਅਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਤਿਕਾਰਯੋਗ ਸਾਥੀਓ ਪਰਸੋਂ 28 ਵਾਲਾ ਐਕਸ਼ਨ ਜਿਹੜਾ ਉਹ ਮੁਲਤਵੀ ਕੀਤਾ ਜਾਂਦਾ ਹੈ ਸਰਕਾਰ ਵੱਲੋਂ ਆਪਾਂ ਨੂੰ 6 ਜੂਨ ਦੀ ਮੀਟਿੰਗ ਜਿਹੜੀ ਮਿਲੀ ਹੈ 6 ਜੂਨ ਤੋਂ ਪਹਿਲਾਂ ਸਿੱਖਿਆ ਮੰਤਰੀ ਕਿਸੇ ਨਾਲ ਕੋਈ ਵੀ ਮੀਟਿੰਗ ਜਿਹੜੀ ਨਹੀਂ ਕਰ ਰਹੀ ਇਸ ਲਈ ਸਾਥੀਓ ਕੁਝ ਸਮੇਂ ਲਈ ਆਪਣਾ ਐਕਸ਼ਨ ਜਿਹੜਾ ਮੁਲਤਵੀ ਕੀਤਾ ਜਾਂਦਾ ਹੈ ਬਾਕੀ ਆ ਅਪਡੇਟ ਜਿਹੜੀ ਮੀਟਿੰਗ ਤੋਂ ਬਾਅਦ ਦਿੱਤੀ ਜਾਵੇਗੀ ਇਹ ਜਿੱਤ ਤੁਹਾਡੇ ਸਭ ਦੇ ਸਹਿਯੋਗ ਦੀ ਜਿੱਤ ਹੈ ਤੁਹਾਡੀ ਵਧੀਆ ਬਣਾਈ ਹੋਈ ਗੈਂਤੀ ਦੀ ਜਿੱਤ ਹੈ ਇਦਾਂ ਹੀ ਸਾਥ ਜਿਹੜਾ ਬਣਾਈ ਰੱਖੋ ਆਪਣਾ ਮਸਲਾ ਜਿਹੜਾ ਜਰੂਰ ਹੱਲ ਕਰਵਾਵਾਂਗੇ ਤਈ ਨੋਟੀਫਿਕੇਸ਼ਨ ਹੈ ਜੀ ਦਫਤਰ ਡਿਪਟੀ ਕਮਿਸ਼ਨਰ ਸੰਗਰੂਰ ਦੇ ਵੱਲੋਂ ਜੋ ਜਾਰੀ ਕੀਤਾ ਗਿਆ ਮੀਟਿੰਗ ਦੇ ਸਬੰਧ ਵਿੱਚ ਵੱਖ-ਵੱਖ ਜੁਨੀਅਨ ਦੇ ਨਮਾਇਦਿਆਂ ਦੀ ਮੀਟਿੰਗ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਜੀ ਨਾਲ ਕਰਵਾਉਣ ਦੇ ਸਬੰਧ ਵਿੱਚ ਤਾਂ ਪ੍ਰੋਕਤ ਵਿਸ਼ੇ ਸਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੀ ਮੰਗਾਂ ਸੋਂਦੀ ਜਿਹੜੀ ਮੀਟਿੰਗ ਹੈ 6 6 2023 ਨੂੰ ਸਵੇਰੇ 11:00 ਵਜੇ ਸ੍ਰੀ ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਜੀ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਨਿਸ਼ਚਿਤ ਕੀਤੀ ਗਈ ਹੈ ਨਿਸ਼ਚਿਤ ਮਿਤੀ ਅਤੇ ਸਮੇਂ ਤੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ ਪਾਸ ਬਣਾਉਣ ਦੀ ਪ੍ਰਕਿਰਿਆ ਨੂੰ ਸਮਾਂ ਲੱਗ ਸਕਦਾ ਇਸ ਲਈ ਨਿਸ਼ਚਿਤ ਮਿਤੀ ਨੂੰ ਇੱਕ ਘੰਟਾ ਪਹਿਲਾਂ ਜਿਹੜਾ ਪਹੁੰਚੇ ਜਾਵੇ ਤਾਂ 6 ਤਰੀਕ ਨੂੰ ਪਤਾ ਲੱਗ ਜਾਏਗਾ ਕਿਹੜੇ ਕਿਹੜੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਂਦੀਆਂ ਨੇ ਕਿਹੜੇ ਕਿਹੜੇ ਮਸਲੇ ਜਿਹੜੇ ਹੱਲ ਹੁੰਦੇ ਆ। ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਡੇਲੀ ਇਸੇ ਤਰ੍ਹਾਂ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।